साढ़े हुण की धारणा बन गई भी जिन्हों इंग्लिश नहीं आती वह तो सिरे का नलायक आ। इंग्लिश सिर्फ एक भाषा संचार करन दी, कम्युनिकेशन करन दी, आपदे आइडियाज़ एक दूसरे नाल सांझी करन दी भाषा, ना कि इंटेलीजेंट होने का सर्टिफिकेट आ। पुआध के 43 पिंडां नूं उजाड़ के चंडीगढ़ बनाया गया। अज चंडीगढ़ दे विच किते तुसी पंजाबी भाषा बोल लो, किते तुसी पंजाबी लिख लो, थोनू कोई पछाणूगा ही नहीं। भाषा मैं मानदांगा भी भाषा अपने आप दे विच संचार दा एक साधन आ। दो दोस्त आपां बैठे हाँ तां मन लो मैनू पंजाबी आउंदी आ, थोनू पंजाबी नहीं आउंदी, तां उत्थे आपां किसे तीसरी भाषा नूं जां दूसरी भाषा नूं ऐड ऑन करांगे। बिल्कुल भी हाँ जी, जिहदे विच आपां एक दूसरे की गलबात चंगी तरह समझ सकीए, भी एक दूसरे नूं समझा सकीए, समझ सकीए। साडे हुण की धारणा बन गई भी जिहनूं इंग्लिश नहीं आउंदी उह तां सिरे दा नलायक आ, जिहनूं इंग्लिश आउंदी आ उह तां जी बड़ा इंटैलीजेंट। इंग्लिश सिर्फ एक भाषा संचार करन दी, कम्युनिकेशन करन दी, आपदे आइडियाज़ एक दूसरे नाल सांझी करन दी भाषा, ना कि इंटैलीजेंट होने का सर्टिफिकेट आ। ਉਹ ਭਾਸ਼ਾ ਮੈਂ ਮੰਨਦਾਗਾ, ਮੇਰਾ ਨਿੱਜੀ ਵਿਚਾਰ ਆ, ਹੋ ਸਕਦਾ ਮੇਰੇ ਇਸ ਵਿਚਾਰ ਨਾਲ ਕੋਈ ਸਹਿਮਤ ਹੋਵੇ, ਵੀ ਉਹ ਭਾਸ਼ਾ ਕਦੇ ਵੀ ਮਾੜੀ ਨਹੀਂ ਹੋ ਸਕਦੀ ਜਿਸ ਭਾਸ਼ਾ ਦੇ ਵਿੱਚ ਬਾਬੇ ਨਾਨਕ ਨੇ ਐਡੀ ਮਹਾਨ ਅਟੱਲ ਸੱਚਾਈ ਲਿਖਤੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਲਿਖਿਆ ਹੋਇਆ, ਵਾਰਿਸ ਸ਼ਾਹ ਨੇ ਹੀਰ ਲਿਖਤੀ, ਬੁੱਲੇ ਸ਼ਾਹ ਹਾਸਮ ਹੋਰੇ ਐਡੇ ਵੱਡੇ ਵੱਡੇ ਕਿੱਸਾਕਾਰ ਹੋ ਕੇ ਗਏ ਆ, ਬਾਬਾ ਫਰੀਦ ਜਿਹੇ ਪੰਜਾਬੀ ਸਾਹਿਤ ਦੇ ਪਹਿਲੇ ਸਾਹਿਤਕਾਰ ਹੋ ਕੇ ਗਏ ਆ। ਮੈਂ ਨਹੀਂ ਮੰਨਦਾ ਵੀ ਉਹ ਭਾਸ਼ਾ ਕਿਸੇ ਪੱਖ ਤੋਂ ਊਣੀ ਆ, ਉਹ ਭਾਸ਼ਾ ਕਿਸੇ ਪੱਖ ਤੋਂ ਘਟੀਆ। ਬਿਲਕੁਲ ਹਰਜਿੰਦਰ, ਇੱਕ ਗੱਲ ਹੋਰ ਵੀ ਆ, ਤੁਸੀਂ ਨਾ ਆਮ ਆਪਾਂ ਘਰਾਂ 'ਚ ਦੇਖਦੇ ਹਾਂ, ਬੇਸ਼ੱਕ ਤੁਸੀਂ ਚਲੇ ਜਾਇਓ, ਤੁਸੀਂ ਬੱਚੇ ਨੂੰ ਬੁਲਾ ਲਿਓ ਕਿਸੇ ਨੂੰ, ਮਾਂ ਪਿਓ, ਮੈਂ ਕਹਿੰਦਾ ਇਹਦੇ ਵਿੱਚ ਮਾਂ ਪਿਓ ਵੀ ਓਡਾ ਹੀ ਮੈਂ ਦੋਸ਼ੀ ਕਹਿ ਸਕਦਾ, ਤੁਸੀਂ ਮਾਂ ਪਿਓ ਨੂੰ ਬੁਲਾ ਲਓ। ਪਤਾ ਕੀ ਆਖਣ, ਉਹ ਇਹ ਨਹੀਂ ਸੁਣਾ ਉਡਾੜਾ ਸੁਣਾ, ਜੇ ਕੋਈ ਰਿਸ਼ਤੇਦਾਰ ਖੜਿਆ ਨਾ ਚਾਰ, ਉਹਨਾਂ ਦੇ ਵਿੱਚ ਆਪਾਂ ਬੱਚੇ ਨੂੰ ਬੁਲਾ ਲਈਏ, ਜਾਂ ਬੇਟਾ ਤੂੰ ਬੰਟੂ ਸੁਣਾ ਦੇ, ਜਾਂ ਏ ਵੀ ਸੀ, ਉਹਨੂੰ ਕਦੇ ਨਹੀਂ ਕਿਸੇ ਨੇ ਕਿਹਾ ਹੋਣਾ ਵੀ ਭਾਈ ਤੂੰ ਉਡਾੜਾ ਸੁਣਾਈ ਮੈਨੂੰ, ਨਹੀਂ ਆਉਂਦਾ ਸਾਨੂੰ, ਮਾਰ ਨਹੀਂ ਸੁਣਾਈ ਸਾਨੂੰ, ਸਾਨੂੰ ਯਾਰ ਮੇਰੀ ਉੱਥੇ ਹੀ ਆ ਕੇ ਗਰਾਰੀ ਅੜ ਜਾਂਦੀ ਹਰਜਿੰਦਰ, ਕਿ ਸਾਨੂੰ ਆਪਦੇ ਖਿੱਤੇ ਦੇ ਨਾਲੋਂ ਸਾਨੂੰ ਉੱਥੋਂ ਤੋੜਿਆ ਜਾ ਰਿਹਾ ਬਸ। ਮੈਂ ਉਹੀ ਉਸੇ ਪਾਸੇ ਆ ਰਿਹਾ ਸੀ ਵੀ ਜਿਹੜੇ ਭਾ ਜਦੋਂ ਕਹਿੰਦੇ ਨਾ ਕਿਸੇ ਕੌਮ ਨੂੰ ਖਤਮ ਕਰਨਾ, ਕਿਸੇ ਖਿੱਤੇ ਨੂੰ ਖਤਮ ਕਰਨਾ, ਜੇ ਉਹਨਾਂ ਦੀ ਸੰਗੀ ਕੁੱਟਣੀ ਆ ਤਾਂ ਉਹਨਾਂ ਦੀ ਸੰਗੀ ਸਿੱਧੀ ਨਾ ਕੁੱਟੋ, ਉਹ ਕੌਮ ਸਿੱਧੀ ਸੰਗੀ ਕੁੱਟਣ ਨਾਲ ਨਹੀਂ ਖਤਮ ਹੋਊਗੀ, ਪਹਿਲਾਂ ਉਹਨਾਂ ਦੀ ਭਾਸ਼ਾ ਖਤਮ ਕਰੋ, ਫਿਰ ਉਹਨਾਂ ਦਾ ਸੱਭਿਆਚਾਰ ਖਤਮ ਕਰੋ, ਫਿਰ ਉਹਨਾਂ ਦੇ ਖਿੱਤੇ ਨਾਲ ਜੁੜੀਆਂ ਹੋਈਆਂ, ਉਹਨਾਂ ਦੀ ਸੰਸਕ੍ਰਿਤੀ ਨਾਲ ਜੁੜੀਆਂ ਹੋਈਆਂ ਉਹਨਾਂ ਸਾਰੀਆਂ ਗੱਲਾਂ ਨੂੰ ਹੌਲੀ ਹੌਲੀ ਖਤਮ ਕਰੋ, ਕਿ ਬਾਅਦ ਦੇ ਵਿੱਚ ਉਹ ਕੌਮ ਆਪਣੇ ਆਪ ਖਤਮ ਹੋ ਜਾਵੇ। ਬਿਲਕੁਲ, ਚੰਡੀਗੜ੍ਹ ਪੰਜਾਬ ਦੀ ਧਰਤੀ 'ਤੇ ਵਸਿਆ ਸ਼ਹਿਰ ਆ। ਪੁਆਧ ਦੇ 43-44 ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ, ਠੀਕ ਆ ਨਾ। ਅੱਜ ਚੰਡੀਗੜ੍ਹ ਦੇ ਵਿੱਚ ਕਿਤੇ ਤੁਸੀਂ ਪੰਜਾਬੀ ਭਾਸ਼ਾ ਬੋਲ ਲਓ, ਕਿਤੇ ਤੁਸੀਂ ਪੰਜਾਬੀ ਲਿਖ ਲਓ, ਤੁਹਾਨੂੰ ਕੋਈ ਪਛਾਣੂਗਾ ਹੀ ਨਹੀਂ। ਈਵਨ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਿਹੜੀ ਕਿ ਵੰਡ ਵੇਲੇ ਪਾਕਿਸਤਾਨ 'ਚ ਸੀ ਅਤੇ ਪਾਕਿਸਤਾਨ ਤੋਂ ਬਾਅਦ ਇੱਧਰ ਚੜ੍ਹਦੇ ਪੰਜਾਬ ਦੇ ਵਿੱਚ ਆ ਗਈ, ਅਤੇ ਉੱਥੇ ਵੀ ਪੰਜਾਬੀ ਭਾਸ਼ਾ ਦਾ ਬੁਰਾ ਹਾਲ ਆ। ਉੱਥੇ ਵੀ ਪੰਜਾਬੀ ਭਾਸ਼ਾ ਦੀਆਂ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ, ਉੱਥੇ ਵੀ ਪੰਜਾਬੀ ਭਾਸ਼ਾ ਦੀਆਂ ਜਿਹੜੀਆਂ ਵਿਦਿਆਰਥੀਆਂ ਦੀਆਂ ਸਟੱਡੀ ਵਾਲੀਆਂ ਐੱਮ ਏ ਦੀਆਂ ਸ਼ੀਟਾਂ ਨੇ ਉਹ ਘਟਾ ਦਿੱਤੀਆਂ ਗਈਆਂ। ਵਿਤਕਰਾ ਕਿੱਥੇ ਨਹੀਂ ਹੋ ਰਿਹਾ, ਹਰ ਜਗ੍ਹਾ ਹੋ ਰਿਹਾ। ਪੰਜਾਬੀ ਨੂੰ ਖਤਮ ਕਰਨ ਵਾਲੇ ਜਾਂ ਸਾਡੇ ਤੋਂ ਪੰਜਾਬੀ ਨੂੰ ਖੋਣ ਵਾਲੇ ਜਿਹੜੇ ਸਾਜਿਸ਼ ਘਾੜੇ ਨੇ, ਉਹਨਾਂ ਦੀ ਬਿਉਂਤਬੰਦੀ ਇਹ ਅੱਜ ਨਹੀਂ ਤਿਆਰ ਹੋਈ, ਬਹੁਤ ਲੰਬੀ ਬਿਉਂਤਬੰਦੀ।